ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਨੈਂਸੀ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਦੱਸੋ ਗੱਲਾਂ ਚੋਂ ਗੱਲ ਤੇ ਗੱਲਾਂ ਚੋਂ ਗੱਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਰੋਜ਼ ਨਵੇਂ ਤੋਂ ਨਵਾਂ ਵਿਸ਼ਾ ਇੱਕ ਲੈ ਕੇ ਆਉਂਦੇ ਆ ਜਿਸ ਦੇ ਉੱਤੇ ਅਸੀਂ ਚਰਚਾ ਕਰਦੇ ਆ ਤੇ ਹੁਣ ਆਪਣੇ ਸ਼ੋਅ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਆ ਸੱਤੀ ਦਾ। ਸਤਿ ਸ਼੍ਰੀ ਅਕਾਲ ਸੱਤੀ ਜੀ। ਸਤਿ ਸ਼੍ਰੀ ਅਕਾਲ ਨੈਂਸੀ, ਕੀ ਹਾਲ ਚਾਲ? ਮੇਰਾ ਤਾਂ ਵਧੀਆ, ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ? ਮੈਂ ਵੀ ਠੀਕ। ਠੀਕ ਲੱਗ ਤਾਂ ਨਹੀਂ ਰਹੇ, ਅੱਜ ਤਾਂ ਤੁਸੀਂ ਸ਼ੋਅ ਦੀ ਓਪਨਿੰਗ ਵੀ ਨਹੀਂ ਕੀਤੀ, ਸ਼ੁਰੂ ਵੀ ਨਹੀਂ ਕੀਤਾ, ਉਹ ਵੀ ਭਾਰ ਤੁਹਾਡਾ ਮੈਨੂੰ ਚੱਕਣਾ ਪਿਆ। ਮੈਨੂੰ ਤਾਂ ਇਹ ਸੀ ਨਾ ਕਿ ਮੌਕਾ ਕਦੇ ਕਦੇ ਕਿਸੇ ਹੋਰ ਨੂੰ ਵੀ ਦੇਣਾ ਚਾਹੀਦਾ, ਮੈਂ ਹਰ ਵਾਰ ਕਰਦਾ। ਮੈਂ ਕਿਹਾ ਚਲੋ ਅੱਜ ਤੁਹਾਡੇ ਤੋਂ ਓਪਨਿੰਗ ਕਰਵਾਉਂਦੇ ਆ। ਦੇਖੋ ਗੱਲ ਇਹ ਤਾਂ ਹੈ ਨਹੀਂ ਹੈ, ਤੁਸੀਂ ਝੂਠ ਬੋਲ ਰਹੇ ਹੋ ਕਿਉਂਕਿ ਤੁਹਾਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਕਾਫੀ ਟਾਈਮ ਤੋਂ ਗੱਲ ਕਰਦੀ ਹਾਂ, ਤੁਹਾਡੇ ਨਾਲ ਕੰਮ ਕਰ ਰਹੀ ਹਾਂ ਮੈਂ। ਸਵੇਰ ਤੋਂ ਦੇਖ ਰਹੀ ਹਾਂ ਕੋਈ ਨਾ ਕੋਈ ਗੱਲ ਨੂੰ ਲੈ ਕੇ ਤੁਸੀਂ ਡਿਸਟਰਬ ਹੋ। ਹੁਣ ਵੀ ਥੋੜ੍ਹੀ ਦੇਰ ਪਹਿਲਾਂ ਪਰ ਮੈਂ ਸ਼ੋਅ ਤੋਂ ਪਹਿਲਾਂ ਵੀ ਦੇਖਿਆ ਤੁਸੀਂ ਸੁੱਖੀ ਭਾਜੀ ਨਾਲ ਗੱਲ ਕਰ ਰਹੇ ਸੀਗੇ ਐਕਚੁਅਲੀ, ਤੇ ਕਾਫੀ ਡਿਸਟਰਬ ਲੱਗ ਰਹੇ ਸੀਗੇ ਤੇ ਮੈਨੂੰ ਸਵੇਰ ਦਾ ਟਾਈਮ ਨਹੀਂ ਮਿਲਿਆ ਤੁਹਾਡੇ ਨਾਲ ਗੱਲ ਕਰਨ ਦਾ। ਹੁਣ ਮਿਲਿਆ, ਮੈਂ ਕਿਹਾ ਚਲੋ ਨਾਲੇ ਪੁੱਛ ਲਈਏ ਆਡੀਅੰਸ ਦੇ ਸਾਹਮਣੇ ਗੱਲ ਕੀ ਹੋਈ। ਗੱਲ ਐਸ ਸੱਚ ਤੇ ਨਹੀਂ ਸੀ, ਕੁਛ ਨਹੀਂ ਹੈਗੀ, ਮਤਲਬ ਕਿ ਉਹੀ ਰੂਟੀਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਆਉਂਦੀਆਂ ਹੈ ਨਾ ਆਪਣੀ ਲਾਈਫ ਦੇ ਵਿੱਚ, ਹਰ ਇੱਕ ਬੰਦੇ ਦੇ ਲਾਈਫ ਦੇ ਵਿੱਚ ਉਹ ਬੀਤਦੀਆਂ ਨੇ। ਤੇ ਐਸੇ ਹੀ ਹੁਣ ਹਾਲ ਹੀ ਦੇ ਵਿੱਚ ਨਾ ਮੇਰਾ ਇੱਕ ਦੋਸਤ ਹੈਗਾ ਇੱਧਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ, ਪਿੰਡ ਪੈਂਦਾ ਪਗੜਾਣਾ, ਤੇ ਉਸ ਮੁੰਡੇ ਦੀ 27 ਤਰੀਕ ਨੂੰ ਮੁੰਡਾ ਮਿਸਿੰਗ ਸੀਗਾ, ਸਾਡਾ ਬਹੁਤ ਚੰਗਾ ਦੋਸਤ ਹੈ ਜਸਵਿੰਦਰ ਸਿੰਘ, ਟੀਟਾ ਨੂੰ ਪਿਆਰ ਨਾਲ ਅਸੀਂ ਕਹਿੰਦੇ ਹੁੰਦੇ ਸੀਗੇ, ਤੇ ਉਹ ਨਾ ਪਿਛਲੀ 27 ਤਰੀਕ ਤੋਂ ਮਿਸਿੰਗ ਹੈ। ਤੇ ਕੱਲ੍ਹ ਉਹਦੇ ਬਾਰੇ ਪਤਾ ਲੱਗਿਆ ਕਿ ਕੱਲ੍ਹ ਉਹਦੀ ਜਿਹੜੀ ਲਾਸ਼ ਮਿਲੀ ਹੈ ਗੰਡਿਆ ਖੇੜੀ ਪਿੰਡ ਰਾਜਪੁਰੇ ਦੇ ਕੋਲ ਪੈਂਦਾ, ਉੱਥੇ ਨਹਿਰ 'ਚ ਉਹਦੀ ਲਾਸ਼ ਮਿਲੀ। ਹਾਂ, ਕਿਉਂ ਕੀ ਹੋ ਗਿਆ ਸੀ ਇੱਦਾਂ ਦਾ? ਗੱਲ ਕੁਛ ਵੀ ਨਹੀਂ, ਮਤਲਬ ਕਿ ਛੋਟੀ ਛੋਟੀਆਂ ਕਈ ਵਾਰ ਗੱਲਾਂ ਮਤਲਬ ਕਿ ਬੰਦੇ ਨੂੰ ਇਸ ਮੰਜ਼ਿਲ ਤੱਕ ਲੈ ਜਾਂਦੀਆਂ ਕਿ ਬੰਦਾ ਇਹੋ ਜਿਹੇ ਸਟੈਪ ਆਪਣੀ ਲਾਈਫ ਦੇ ਵਿੱਚ ਲੈ ਜਾਂਦਾ। ਅਸਲ ਦੇ ਵਿੱਚ ਗੱਲ ਜੇ ਆਪਾਂ ਕਹੀਏ ਤਾਂ ਬਹੁਤ ਹੀ ਵੱਡੀ ਵੀ ਨਹੀਂ ਸੀਗੀ, ਕੋਈ ਫੈਮਿਲੀ ਦੇ ਵਿੱਚ ਛੋਟਾ ਮੋਟਾ ਜਿਵੇਂ ਹਸਬੈਂਡ ਵਾਈਫ ਦੇ ਵਿੱਚ ਨੋਕ ਝੋਕ ਹੈ ਨਾ, ਆਮ ਅਕਸਰ ਆਪਾਂ ਦੇਖਦੇ ਰਹਿੰਦੇ ਹਾਂ, ਅਤੇ ਉਹ ਨੋਕ ਝੋਕ ਹੋਈ, ਅਰੇਂਜ ਮੈਰਿਜ ਸੀਗੀ, ਅਤੇ ਹਾਲਾਂਕਿ ਕਾਫੀ ਸਾਲ ਬੀਤ ਵੀ ਗਏ ਸੀ ਹੈ ਨਾ, ਅਤੇ ਥੋੜ੍ਹੀ ਜਿਹੀ ਨੋਕ ਝੋਕ ਤੋਂ ਮਤਲਬ ਕਿ ਗੱਲ ਵੱਧਦੀ ਵੱਧਦੀ ਉਹਦੇ ਸਹੁਰਿਆਂ ਤੱਕ ਪਹੁੰਚ ਗਈ। ਜਦੋਂ ਸਹੁਰਿਆਂ ਤੱਕ ਪਹੁੰਚੀ ਤਾਂ ਇਨਵੋਲਵਮੈਂਟ ਵਿੱਚ ਇੰਟਰਫੇਰੈਂਸ ਸ਼ੁਰੂ ਹੋ ਗਈ ਮੁੰਡੇ ਦੇ ਸਹੁਰਿਆਂ ਤੱਕ। ਹਾਂ, ਮੁੰਡੇ ਦੇ ਸਹੁਰਿਆਂ ਤੱਕ, ਅਤੇ ਮੁੰਡੇ ਦੇ ਸਹੁਰਿਆਂ ਦੀ ਜਦੋਂ ਇੰਟਰਫੇਰੈਂਸ ਹੋਈ ਤਾਂ ਮੁੰਡਾ ਇੰਨਾ ਕੁ ਜ਼ਿਆਦਾ ਡਿਪਰੈਸਡ ਹੋ ਗਿਆ, ਸ਼ਾਇਦ ਉਹਦੇ ਦਿਮਾਗ 'ਤੇ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਬਣ ਗਿਆ ਕਿ ਉਹ ਮੁੰਡਾ ਰਾਤ ਨੂੰ ਘਰੋਂ ਨਿਕਲ ਗਿਆ। ਉਸ ਤੋਂ ਬਾਅਦ ਲਾਪਤਾ, ਕਿੰਨੇ ਦਿਨ ਘਰ ਦੇ ਲੱਭਦੇ ਰਹੇ ਲੱਭਦੇ ਰਹੇ, ਅਤੇ ਕੱਲ੍ਹ ਜਦੋਂ ਪਤਾ ਲੱਗਿਆ ਕਿ ਉਹਦੀ ਲਾਸ਼ ਜਿਹੜੀ ਹੈਗੀ ਹੈ ਗੰਡਿਆ ਖੇੜੀ, ਤੁਹਾਨੂੰ ਜਿਵੇਂ ਦੱਸਿਆ ਪਹਿਲਾਂ ਮੈਂ, ਉੱਥੋਂ ਮਿਲੀ। ਅਤੇ ਮਤਲਬ ਕਿ ਛੋਟੀ ਜਿਹੀ ਗੱਲ ਕਈ ਵਾਰ ਆਪਾਂ ਲਾਈਫ ਦੇ ਵਿੱਚ ਜਿਵੇਂ ਕੋਈ ਘਰ ਦੇ ਵਿੱਚ ਗੱਲ ਹੋ ਵੀ ਜਾਂਦੀ ਹੈ ਤਾਂ ਆਪਾਂ ਬੈਠ ਕੇ ਉਹਨੂੰ ਸੁਲਝਾ ਲਈਏ ਹੈ ਨਾ ਜੀ, ਅਤੇ ਪਰ ਪਤਾ ਨਹੀਂ ਅੱਜ ਕੱਲ੍ਹ ਕੀ ਰਿਸ਼ਤਿਆਂ ਨੂੰ ਹੁੰਦਿਆ ਜਾ ਰਿਹਾ ਕਿ ਲੜਾਈਆਂ, ਇੱਕ ਤਾਂ ਪਹਿਲੇ ਹੀ ਕਰੋਨਾ ਦੀ ਮਹਾਂਮਾਰੀ ਕਰਕੇ ਆਪਾਂ ਦੇਖਦੇ ਹਾਂ ਕਿ ਇੰਨੀਆਂ ਜ਼ਿਆਦਾ ਟੈਨਸ਼ਨ ਆ ਹਰ ਇੱਕ ਇਨਸਾਨ ਨੂੰ ਜੀ, ਅਤੇ ਉਸ ਤੋਂ ਬਾਅਦ ਫਿਰ ਜਦੋਂ ਰਿਲੇਸ਼ਨ ਦੇ ਵਿੱਚੋਂ ਵੀ ਸਪੋਰਟ ਨਾ ਮਿਲੇ, ਜਿਹੜਾ ਆਪਦਾ ਤੁਹਾਡਾ ਰਿਲੇਸ਼ਨਸ਼ਿਪ ਆ ਉਹਦੇ ਵਿੱਚੋਂ ਵੀ ਸਪੋਰਟ ਨਾ ਮਿਲੇ ਤਾਂ ਬੰਦੇ ਨੂੰ ਬਹੁਤ ਜ਼ਿਆਦਾ ਮਾੜਾ ਲੱਗਦਾ, ਅਤੇ ਇਹੋ ਜਿਹੀਆਂ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਤਾਂ ਬਹੁਤ ਦੁੱਖ ਹੁੰਦਾ। ਤੁਸੀਂ ਸਹੀ ਕਹਿ ਰਹੇ ਹੋ ਸੱਤੀ ਜੀ, ਗੱਲ ਇਹੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਬੈਠ ਕੇ ਵੀ ਸੁਲਝਾਇਆ ਜਾ ਸਕਦਾ, ਪਰ ਇੱਥੇ ਸਾਡੇ ਦੇਖਿਆ ਜਾਏ ਤਾਂ ਸਾਡੇ ਫੈਮਿਲੀ ਮੈਂਬਰਸ ਜਿਹਨੂੰ ਸਾਡੇ ਵੱਡੇ ਵਡੇਰੇ ਕਹਿੰਦੇ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਸਹੁਰਿਆਂ ਦੀ ਇੰਟਰਫੇਰੈਂਸ ਹੋ ਗਈ ਸੀ, ਇਹ ਸਾਡੇ ਵੱਡਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਸਮਝਾਓ, ਬਟ ਉਹ ਇੱਕ ਲੈਵਲ ਤੱਕ ਪੋਜ਼ਿਟਿਵ ਵੇ ਦੇ ਵਿੱਚ ਸਮਝਾਉਣ। ਇੰਨਾ ਸਪੈਸ਼ਲੀ ਕੁੜੀ ਦੇ, ਮੈਂ ਵੀ ਇੱਕ ਕੁੜੀ ਹਾਂ, ਮੇਰੀ ਵੀ ਭਾਬੀ ਹੈ ਜਾਂ ਮੈਂ ਵੀ ਕਿਤੇ ਅੱਗੇ ਹੋਣਾ ਹੈ ਨਾ ਜਾਣਾ, ਤਾਂ ਮੈਂ ਤਾਂ ਇਹੀ ਚੀਜ਼ ਸਾਨੂੰ ਸਿਖਾਇਆ ਵੀ ਜਾਂਦਾ ਅਤੇ ਸਮਝਾਇਆ ਵੀ ਜਾਂਦਾ ਹੈ ਕਿ ਕੁੜੀ ਨੂੰ ਹਮੇਸ਼ਾ ਇਹ ਸਿਖਾ ਕੇ ਭੇਜਣਾ ਚਾਹੀਦਾ ਕਿ ਆਪਣੇ ਸਹੁਰੇ ਘਰ ਜਾ ਕੇ ਐਡਜਸਟ ਕਰੇ, ਅਤੇ ਦੂਸਰੀ ਚੀਜ਼ ਕੁੜੀ ਦੇ ਪੇਕਿਆਂ ਦੀ, ਸਹੁਰਿਆਂ ਦੇ ਵਿੱਚ ਉਹਦੇ ਕੁੜੀ ਦੇ ਸਹੁਰਿਆਂ 'ਚ ਜ਼ਿਆਦਾ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਅਗਰ ਰੱਖਣੀ ਹੈ ਤਾਂ ਆਪਣੀ ਕੁੜੀ ਨੂੰ ਸਮਝਾਉਣਾ ਚਾਹੀਦਾ, ਉਹਨਾਂ ਨੂੰ ਸਿਖਾਉਣਾ ਚਾਹੀਦਾ ਕਿ ਘਰ ਕਿੱਦਾਂ ਵਸਾਉਣਾ। ਜੇ ਤੁਸੀਂ ਨੈਗੇਟਿਵ ਵਿੱਚ ਕਰੋਗੇ ਤਾਂ ਘਰ ਤਾਂ ਕਦੀ ਵਸ ਹੀ ਨਹੀਂ ਨਾ ਸਕਦਾ। ਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ, ਜਿਵੇਂ ਮੈਂ ਪਹਿਲਾਂ ਹੀ ਵੀ ਕਿਹਾ ਹੈ ਨਾ ਕਿ ਇਨਸਾਨ ਨੂੰ ਬੈਠ ਕੇ ਸੁਲਝਾ ਲੈਣੀ ਚਾਹੀਦੀ ਹੈ, ਹਾਲਾਂਕਿ ਉਸ ਗੱਲ ਨੂੰ ਵਧਾਉਣ ਦੀ ਜਗ੍ਹਾ। ਮੇਰਾ ਖਿਆਲ ਤਾਂ, ਮੇਰਾ ਮੰਨਣਾ ਤਾਂ ਇਹ ਹੈ, ਖੈਰ ਚਲੋ ਅੱਜ ਚਲੋ ਗੱਲ ਜੀ ਸ਼ੁਰੂ ਹੋਈ ਗਈ ਹੈ, ਮੈਂ ਕਹਿੰਦਾ ਕਿ ਆਪਾਂ ਵਿਸ਼ੇ ਰੋਜ਼ ਨਵੇਂ ਤੋਂ ਨਵਾਂ ਲੱਭਦੇ ਹਾਂ, ਅਤੇ ਅੱਜ ਆਪਾਂ ਇਸੇ ਵਿਸ਼ੇ 'ਤੇ ਗੱਲ ਕਰਦੇ ਹਾਂ, ਰਿਲੇਸ਼ਨਸ਼ਿਪ। ਬੇਸਿਕਲੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਕਿਉਂ ਨਹੀਂ ਕਾਮਯਾਬ? ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਤਲਾਕ ਡਿਵੋਰਸ ਦੀ ਬਹੁਤ ਜ਼ਿਆਦਾ ਰੇਟ ਵੱਧ ਚੁੱਕਿਆ ਹੈ ਨਾ ਜੀ, ਅਤੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੋ ਰਹੇ ਆ, ਪ੍ਰੋਬਲਮਸ ਆ ਰਹੀਆਂ, ਅਤੇ ਰਿਲੇਸ਼ਨਸ਼ਿਪ ਦੇ ਵਿੱਚ ਵੈਸੇ ਵੀ, ਭਾਵੇਂ ਪੇਰੈਂਟਸ ਦੇ ਵਿੱਚ, ਉਹਨਾਂ ਦੇ ਬੱਚਿਆਂ ਦੇ ਵਿੱਚ ਲਗਾ ਲਈਏ, ਹਸਬੈਂਡ ਵਾਈਫ ਦੇ ਵਿੱਚ ਲਗਾ ਲਈਏ, ਗਰਲਫ੍ਰੈਂਡ ਬੋਏਫ੍ਰੈਂਡ ਦੇ ਵਿੱਚ ਲਗਾ ਲਈਏ, ਜਾਂ ਹੋਰ ਦੋਸਤਾਂ ਮਿੱਤਰਾਂ 'ਚ ਲਗਾ ਲਈਏ, ਇਹ ਬਹੁਤ ਚੀਜ਼ ਚੱਲਦੀ ਹੈ। ਸੋ ਆਪਾਂ ਇਸੇ ਵਿਸ਼ੇ 'ਤੇ ਗੱਲਬਾਤ ਕਰਦੇ ਹਾਂ। ਮੈਂ ਉਹੀ ਗੱਲਬਾਤ ਕਰਨਾ ਚਾਹੁੰਦਾ ਸੀਗਾ ਜਿਵੇਂ ਹੁਣ ਹੈ ਨਾ ਕਿ ਦੂਜੇ ਨੂੰ ਨਜਾਇਜ਼ ਇੰਟਰਫੇਰੈਂਸ ਵਿੱਚ ਨਹੀਂ ਕਰਨੀ ਚਾਹੀਦੀ। ਤੁਹਾਡਾ ਕੀ ਕਹਿਣਾ ਇਸ ਬਾਰੇ? ਨਹੀਂ, ਮੇਰਾ ਤਾਂ ਖੁਦ ਇਹੀ ਮੰਨਣਾ ਸੱਤੀ ਜੀ ਕਿ ਦੇਖੋ, ਜਦ ਰਿਸ਼ਤਾ, ਮੈਂ ਇਹ
चाहे वह दो इंसान ने दो परिवार ने सारे की यही कोशिश रहनी चाहिए कि वह जो दो इंसाना का रिश्ता जुड़िया उन्होंने बना के किमें रखना चाहिए उन्होंने स्ट्रोंग होर कि बनाया जाए। ठीक है अगर दोनों के कोई मनमुटाव चल रहा है तो यह साढ़े व्ड्या का फर्ज बनता है कि उन्होंने बिठा के समझा। मेरी समझ के वह रिश्ता बहुत ही ज़्यादा खूबसूरत हो जाए अगर रिश्ता बेसिकली इदा हो जाए कि कुड़ी के जोड़े माँ बाप ने वो अपनी कुड़ी को समझा तो मुंडे को कॉम्प्लीमेंट करन चाहे जो भी है उन्होंने कल समझा दो पर तुसी अपने बच्चे ये चीज़ समझाओ कि नहीं बेटा तू इत्थे गलत है इदा कर तेरा रिश्ता सुधर जाएगा। और यही चीज़ जे अपा मुंडे वालिया वालों भी देखिए क्योंकि एक कुड़ी अपना सारा कुछ छड़ के एक नवे घर च आई होंगी एक नवे माहौल च हुई होंगी हो सकता है कि एडजस्टमेंट करन च दिक्कत आए या कुछ आए है ना तो एटलीस्ट उन्होंने भी चाहिए कि वह कुड़ी अपनी कुड़ियों की तरह रखन बहू ना समझ के उन्होंने इन्ना प्यार देन कुछ तो कोई गलती भी होंगी उन्होंने प्यार अपनी धियां की तरह समझा और अपने मुंडे नूं समझाण कि नहीं बेटा तू इहदे नाल प्यार नाल इतना कर। हाँ फिर अगे काम नहीं बनता फिर भी तो वह चलो वक्री गल हो जाती है पर इत्थे एटलीस्ट इनिशिएटिव इदा लेना चाहिए जिवें तुसीं विच गल कही कि हाँ अपनी जिहड़ी नूं हुंदी है ਉਹਨੂੰ ਮਤਲਬ ਕਿ ਜਿਹੜੀ ਕੁੜੀ ਸਮਝ ਕੇ ਮਤਲਬ ਕਿ ਰੱਖਣ ਤਾਂ ਇਹ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ। ਆਮ ਅਕਸਰ ਜਿਹੜਾ ਹੈਗਾ ਇਹ ਦੇਖਿਆ ਜਾਂਦਾ ਅਸਲ 'ਚ ਨੈਨਸੀ ਕਿ ਪਰਿਵਾਰਾਂ ਦੇ ਵਿੱਚ ਪ੍ਰੋਬਲਮ ਇਹੀ ਆਉਂਦੀ ਕਿ ਜਦੋਂ ਆਪਦੀ ਕੁੜੀ ਦੀ ਵਾਰੀ ਆਉਂਦੀ ਹੈ ਨਾ ਉਹਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਉਹਦੇ ਲਈ ਹਰ ਇੱਕ ਚੀਜ਼ ਮਤਲਬ ਕਿ ਸਹੀ ਤਰੀਕੇ ਨਾਲ ਚੱਲਦੀ ਹੈ ਪਰ ਜਦੋਂ ਕਿਸੇ ਦੀ ਕੁੜੀ ਤੁਹਾਡੇ ਘਰ ਨੂੰਹ ਬਣ ਕੇ ਆ ਜਾਂਦੀ ਹੈ ਉਦੋਂ ਮਤਲਬ ਕਿ ਤੁਹਾਨੂੰ ਸਾਰਾ ਕੁਛ ਸੋਸਾਇਟੀ ਜਾਂ ਮਤਲਬ ਕਿ ਹੋਰ ਪ੍ਰੋਬਲਮਸ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਜੋ ਤੁਹਾਨੂੰ ਆਪਣੀ ਕੁੜੀ ਦੇ ਵਾਸਤੇ ਅਲੱਗ ਉਹ ਫਰਕ ਬੇਸਿਕਲੀ ਮੇਰਾ ਖਿਆਲ ਹੈ ਜਿਹੜਾ ਉਹ ਪ੍ਰੋਬਲਮਸ ਜ਼ਿਆਦਾ ਕ੍ਰੀਏਟ ਕਰਦਾ ਕ੍ਰੀਏਟ ਕਰਦਾ ਤਾਂ ਹੈ ਇਹਦੇ 'ਚ ਸੋਸਾਇਟੀ ਬੇਸਿਕਲੀ ਕਿਆ ਹੁੰਦਾ ਨਾ ਕਿ ਕਈ ਵਾਰ ਇੱਦਾਂ ਹੁੰਦਾ ਸਾਡੀ ਫੈਮਿਲੀਜ਼ ਦਾ ਕਸੂਰ ਨਹੀਂ ਹੁੰਦਾ ਬਟ ਸੋਸਾਇਟੀਜ਼ ਇੱਦਾਂ ਦੀਆਂ ਆ ਜਾਂਦੀਆਂ ਨੇ ਕਿ ਉਹ ਪ੍ਰੋਵੋਕ ਕਰਨੀਆਂ ਸ਼ੁਰੂ ਕਰ ਦਿੰਦੀਆਂ। ਦੂਸਰੀ ਚੀਜ਼ ਮੈਂ ਇੱਥੇ ਖੈਰ ਗਲਤੀ ਆਪਾਂ ਇੱਕ ਪਾਸੇ ਵੀ ਨਹੀਂ ਕਰ ਸਕਦੇ ਕਿ ਫੈਮਲੀ ਦਾ ਹੀ ਹੁੰਦਾ ਕਿ ਉਹ ਨੋ ਨੂੰ ਹੈ ਨਾ ਫਰਕ ਕਰਦੇ ਆ ਧੀਆਂ 'ਚ ਫਰਕ ਕਰਦੇ ਆ। ਕਈ ਵਾਰ ਇੱਦਾਂ ਹੁੰਦਾ ਕਿ ਹੁਣ ਜਿਵੇਂ ਮੈਂ ਵੀ ਕੁੜੀ ਹਾਂ ਬਟ ਕਈ ਵਾਰ ਕੁੜੀਆਂ ਅੱਜ ਕੱਲ੍ਹ ਸੋਸਾਇਟੀ ਜਿਹੜਾ ਕਹਿ ਲਓ ਕਿ ਆਪਣਾ ਜਾਂ ਜ਼ਮਾਨਾ ਕਹਿ ਲਓ ਇੰਨਾ ਮਾਡਰਨ ਹੋ ਗਿਆ ਇੰਨਾ ਕੁ ਅਪਗ੍ਰੇਡ ਹੋ ਗਿਆ ਕਿ ਕੁੜੀਆਂ ਨੂੰ ਹੁੰਦਾ ਨਹੀਂ ਅਸੀਂ ਐਡਜਸਟ ਹੀ ਨਹੀਂ ਕਰ ਸਕਦੇ। ਅਸੀਂ ਬਾਹਰੋਂ ਆਏ ਹਾਂ ਅਸੀਂ ਪੜ੍ਹੇ ਲਿਖੇ ਹਾਂ ਤਾਂ ਸਾਡੇ ਅਕੋਰਡਿੰਗਲੀ ਫੈਮਲੀ ਐਡਜਸਟ ਕਰਨ ਉੱਥੇ ਵੀ ਫੈਮਲੀ ਕਿੰਨੀ ਕੁ ਦੇਰ ਇਕੱਲੀ ਐਡਜਸਟ ਕਰੀ ਜਾਊਗੀ। ਸੋ ਮੇਰਾ ਮੰਨਣਾ ਇਹ ਹੈ ਕਿ ਸਾਰਿਆਂ ਨੂੰ ਮਿਲ ਕੇ ਹੀ ਉਸ ਚੀਜ਼ ਨੂੰ ਉਸ ਰਿਲੇਸ਼ਨਸ਼ਿਪ ਨੂੰ ਅੱਗੇ ਵਧਾਉਣਗੇ ਤਾਂ ਹੀ ਉਹ ਸਭ ਕੁਛ ਵਰਕ ਕਰੇਗਾ ਅਦਰਵਾਈਜ਼ ਇੱਕੋ ਬੰਦਾ ਜ਼ੋਰ ਪਾਉਂਦਾ ਰਹੇਗਾ ਤਾਂ ਕਿੰਨੀ ਕੁ ਦੇਰ ਚੱਲੇਗਾ। ਬਿਲਕੁਲ ਦੋਵੇਂ ਪਾਸਿਓ ਜਿਹੜੇ ਹੈਗੇ ਰਿਸ਼ਤੇ ਉਹ ਚਲਾਏ ਜਾਂਦੇ ਨੇ ਚੱਲਦੇ ਵੀ ਇਸੇ ਤਰੀਕੇ ਦੇ ਨਾਲ ਹੈ। ਜੇ ਤੁਸੀਂ ਕਹੋ ਕਿ ਇਕੱਲੇ ਤੁਸੀਂ ਜੱਗ ਜਿੱਤ ਲਓਗੇ ਉਹ ਕਦੇ ਨਹੀਂ ਹੁੰਦਾ ਹੈਗਾ। ਜਦੋਂ ਤੁਸੀਂ ਮਤਲਬ ਕਿ ਸੋਸਾਇਟੀ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਚੱਲਣਾ ਤਾਂ ਤੁਹਾਨੂੰ ਨਾਲ ਸਾਰੇ ਰਿਸ਼ਤੇ ਲੈ ਕੇ ਚੱਲਣੇ ਹੀ ਪੈਣੇ ਨੇ। ਪਰ ਇਹਨਾਂ ਦੇ ਇਲਾਵਾ ਵੀ ਜੇ ਆਪਾਂ ਹੁਣ ਆਹ ਟੋਪਿਕ ਤਾਂ ਚਲੋ ਇਹ ਤਾਂ ਤੁਹਾਡੇ ਜਿਵੇਂ ਫਰੈਂਡ ਦੀ ਗੱਲ ਛਿੜੀ ਹੈ ਨਾ ਉੱਥੋਂ ਹੀ ਇੰਟਰਫੇਰੈਂਸ ਵਾਲਾ ਆ ਗਿਆ ਬਟ ਇੱਕ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਇੱਕ ਖੁਸ਼ਹਾਲ ਰਿਸ਼ਤੇ ਦੇ ਲਈ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਪੁਆਇੰਟਸ ਹੁੰਦੇ ਨੇ। ਜਿਵੇਂ ਆਪਾਂ ਅੱਜ ਕੱਲ੍ਹ ਦੇਖਿਆ ਜਾਏ ਤਾਂ ਬੇਸਿਕਲੀ ਕਿਆ ਹੁੰਦਾ ਕਿ ਜਿਹੜੇ ਰਿਸ਼ਤੇ ਨੇ ਨਾ ਉਹ ਸਿਰਫ ਪੇਪਰਾਂ ਤੱਕ ਰਹਿ ਗਏ ਨੇ। ਜਿਹੜਾ ਮੈਨੂੰ ਲੱਗਦਾ ਮੇਨਲੀ ਕਿ ਇੱਕ ਰਿਸ਼ਤੇ ਦੇ ਫੇਲੀਅਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਜਿਹੜਾ ਪਲੇ ਕਰਦਾ ਕੁਛ ਪੁਆਇੰਟਸ ਨੇ ਜਿਵੇਂ ਆਪਾਂ ਇਹੀ ਲਾ ਲਈਏ ਹੁਣ ਕਿ ਪੇਪਰ ਤੱਕ ਰਿਸ਼ਤੇ ਰਹਿ ਗਏ। ਹੁਣ ਇਹ ਰਿਸ਼ਤੇ ਚਾਹੇ ਤੁਸੀਂ ਭੈਣ ਭਰਾ ਦੇ ਲਾ ਲਓ ਮਾਂ ਬਾਪ ਦੇ ਲਾ ਲਓ ਚਾਹੇ ਇੱਕ ਹਸਬੈਂਡ ਵਾਈਫ ਦੇ ਲਾ ਲਓ ਗੱਲ ਕੀ ਹੁੰਦੀ ਹੈ ਹੁਣ ਆਪਾਂ ਪਹਿਲਾਂ ਮਾਂ ਬਾਪ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਕਹਿ ਲਓ ਕਿ ਜ਼ਿੰਦਗੀ ਦੀ ਸ਼ੁਰੂਆਤ ਹੀ ਉੱਥੋਂ ਹੁੰਦੀ ਹੈ। ਜਦ ਬੱਚਾ ਹੁੰਦਾ ਮਾਂ ਬਾਪ ਕੋਲ ਟਾਈਮ ਨਹੀਂ ਹੁੰਦਾ ਇੰਨਾ ਕਿ ਆਪਣੇ ਬੱਚੇ ਨੂੰ ਸਫੀਸ਼ੀਐਂਟ ਟਾਈਮ ਦੇ ਸਕਣ। ਔਰ ਜਦ ਤੱਕ ਉਹ ਉਸ ਜ਼ਿੰਮੇਦਾਰੀਆਂ ਨੂੰ ਪੂਰਾ ਕਰਕੇ ਟਾਈਮ ਆਪਣੇ ਬੱਚੇ ਲਈ ਕੱਢ ਪਾਉਂਦਾ ਉਦੋਂ ਤੱਕ ਉਹ ਬੱਚਾ ਵੱਡਾ ਹੋ ਚੁੱਕਿਆ ਹੁੰਦਾ ਉਹਦੀ ਆਪਣੀ ਸੋਸਾਇਟੀ ਆਪਣੀ ਜ਼ਿੰਦਗੀ ਆਪਣਾ ਸਰਕਲ ਬਣ ਚੁੱਕਿਆ ਹੁੰਦਾ ਉਹ ਕਾਲਜ ਜਾਂਦਾ ਆਪਣੇ ਆਫਿਸ ਜਾਂਦਾ ਉਹਦਾ ਉਹ ਸਰਕਲ ਬਣ ਜਾਂਦਾ ਔਰ ਉਸ ਟਾਈਮ ਤੇ ਉਹਦੇ ਕੋਲ ਆਪਣੇ ਪੇਰੈਂਟਸ ਲਈ ਟਾਈਮ ਨਹੀਂ ਹੁੰਦਾ। ਜਦ ਪੇਰੈਂਟਸ ਸੋਚਦੇ ਨੇ ਕਿ ਹਾਂ ਹੁਣ ਅਸੀਂ ਆਪਣੇ ਬੱਚੇ ਲਈ ਇੰਨਾ ਕੁਛ ਕਰਤਾ ਹੁਣ ਉਹ ਬੱਚਾ ਸਾਨੂੰ 5-10 ਮਿੰਟ ਦਾ ਟਾਈਮ ਦੇ ਉਹ ਚੀਜ਼ ਨਹੀਂ ਹੁੰਦੀ। ਉਸ ਤੋਂ ਬਾਅਦ ਬੱਚੇ ਦਾ ਵਿਆਹ ਹੋ ਜਾਂਦਾ ਉਹ ਆਪਣੀ ਫੈਮਿਲੀ 'ਚ ਹੋ ਜਾਂਦਾ ਮਾਂ ਬਾਪ ਵਿਚਾਰੇ ਇੱਕ ਸਾਈਡ 'ਤੇ ਬੈਠੇ ਸੋਚਦੇ ਰਹਿ ਜਾਂਦੇ। ਸੇਮ ਵੇ ਤੁਸੀਂ ਹਸਬੈਂਡ ਵਾਈਫ ਦਾ ਲਾ ਲਓ। ਹਸਬੈਂਡ ਵਾਈਫ ਦਾ ਜੇ ਤਾਂ ਅਰੇਂਜ ਮੈਰਿਜ ਹੈ ਐਕਸਪੈਕਟੇਸ਼ਨਸ ਬਹੁਤ ਘੱਟ ਹੁੰਦੀਆਂ ਉੱਥੇ। ਠੀਕ ਹੈ ਇਹੀ ਰੀਜ਼ਨ ਹੈ ਖੈਰ ਆਪਾਂ ਕਹਿ ਸਕਦੇ ਹਾਂ ਕਿ ਅਰੇਂਜ ਮੈਰਿਜਿਸ ਫਿਰ ਵੀ ਚੱਲ ਜਾਂਦੇ ਕਿਉਂਕਿ ਉੱਥੇ ਐਕਸਪੈਕਟੇਸ਼ਨ ਜ਼ੀਰੋ ਹੁੰਦੀ ਹੈ। ਬਟ ਅਗਰ ਆਪਾਂ ਲਵ ਮੈਰਿਜਿਸ ਦੀ ਗੱਲ ਕਰੀਏ ਜਿਵੇਂ ਅੱਜ ਕੱਲ੍ਹ ਲਵ ਮੈਰਿਜਿਸ ਬਹੁਤ ਚੱਲਦੇ ਕਿਉਂਕਿ ਜਿਵੇਂ ਮੈਂ ਕਿਹਾ ਜ਼ਮਾਨਾ ਅਪਗ੍ਰੇਡ ਹੋ ਗਿਆ ਉੱਥੇ ਕੀ ਹੁੰਦਾ ਹੈ ਕਿ ਪਹਿਲਾਂ ਤੁਸੀਂ ਇੱਕ ਦੂਸਰੇ ਨੂੰ ਟਾਈਮ ਦਿੰਦੇ ਹੋ ਇੰਪੋਰਟੈਂਸ ਦਿੰਦੇ ਹੋ ਹੈ ਨਾ ਪ੍ਰਾਇਓਰਿਟੀ 'ਤੇ ਰੱਖਦੇ ਹੋ ਉਦੋਂ ਤੁਹਾਡੀ ਐਕਸਪੈਕਟੇਸ਼ਨਸ ਹੁੰਦੀਆਂ ਕਿ ਯਾਰ ਵਿਆਹ ਕਰਵਾ ਲਈਏ ਅਸੀਂ ਵਿਆਹ ਤੋਂ ਬਾਅਦ ਤਾਂ ਹੋਰ ਜ਼ਿਆਦਾ ਹੋ ਜਾਊਗਾ।
ਪਰ ਉਦੋਂ ਬੰਦੇ ਨੂੰ ਇਦਾਂ ਫੀਲ ਹੋਣ ਲੱਗ ਜਾਂਦੇ ਕਿ ਯਾਰ ਹੁਣ ਵਿਆਹ ਹੋ ਗਿਆ, ਹੁਣ ਇਹ ਕਿਤੇ ਨਹੀਂ ਜਾਂਦੀ, ਹੁਣ ਇਹਨੂੰ ਘਰੇ ਰੱਖੋ, ਹੁਣ ਮੇਰੀ ਰਿਸਪੋਂਸੀਬਿਲਟੀਜ਼ ਹੋ ਗਈਆਂ, ਵਿਆਹ ਹੋ ਗਿਆ, ਅੱਗੇ ਉਹ ਬੱਚੇ ਹੋਣਗੇ, ਸਾਡੀ ਜ਼ਿੰਮੇਦਾਰੀਆਂ ਵੱਧ ਰਹੀਆਂ, ਮੈਂ ਉਵੇਂ ਕਮਾਵਾਂ। ਹੁਣ ਉਹ ਕੁੜੀ ਜੋ ਸੁਪਨੇ ਉਹਨੇ ਪਹਿਲਾਂ ਦੇਖੇ ਹੁੰਦੇ ਉਹ ਉਸੇ ਜ਼ਿੰਦਗੀ 'ਚ ਚੀਰੀ ਹੁੰਦੀ ਹੈ, ਉੱਥੋਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹ ਅੰਦਰੋਂ ਅੰਦਰੀ ਘੁੱਟਣਾ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਦੋਨਾਂ 'ਚ ਮਨਮੁਟਾਵ ਹੋਣੇ ਸ਼ੁਰੂ ਹੋ ਜਾਂਦੇ ਆ। ਮਨਮੁਟਾਵ ਸ਼ੁਰੂ ਹੋਣਗੇ ਕਿਉਂਕਿ ਐਕਸਪੈਕਟੇਸ਼ਨਸ ਟੁੱਟ ਰਹੀਆਂ ਨੇ, ਸੋ ਉੱਥੇ ਰਿਲੇਸ਼ਨਸ਼ਿਪ ਤੁਹਾਡਾ ਵੀਕ ਹੁੰਦਾ ਚਲਾ ਜਾਂਦਾ। ਬਿਲਕੁਲ ਸਹੀ ਗੱਲ ਕਹੀ ਤੁਸੀਂ, ਮਤਲਬ ਕਿ ਬਹੁਤ ਸਾਰੇ ਅੱਜ ਕੱਲ੍ਹ ਜਿਵੇਂ ਹੁਣ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜਾ ਡਿਵੋਰਸ ਰੇਟ ਆ ਬਹੁਤ ਜ਼ਿਆਦਾ ਵੱਧ ਚੁੱਕਿਆ, ਸ਼ਾਇਦ ਇਹੀ ਰੀਜ਼ਨ ਨੇ ਉਹਨਾਂ ਚੀਜ਼ਾਂ ਦੇ ਕਿ ਮਤਲਬ ਕਿ ਹਰ ਇੱਕ ਬੰਦੇ ਨੂੰ ਐਕਸਪੈਕਟੇਸ਼ਨ ਜਿਹੜੀ ਹੈਗੀ ਦੂਸਰੇ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਸ਼ਾਇਦ। ਪਰ ਕਿਤੇ ਨਾ ਕਿਤੇ ਮੈਂ ਇਹ ਵੀ ਗੱਲ ਕਹੂੰਗਾ ਕਿ ਹਾਂ ਕੰਮ ਵੀ ਜ਼ਰੂਰੀ ਹੈ, ਜੇ ਆਪਾਂ ਦੂਜੇ ਪਾਸੇ ਗੱਲ ਕਰ ਲਈਏ ਇੱਕ ਰਿਲੇਸ਼ਨਸ਼ਿਪ ਵੀ ਜ਼ਰੂਰੀ ਹੈ, ਬਟ ਐਟ ਦਾ ਐਂਡ ਕੰਮ ਵੀ ਜ਼ਰੂਰੀ ਹੈ, ਪਰ ਬਸ ਗੱਲ ਇਹ ਹੋਣੀ ਚਾਹੀਦੀ ਹੈ ਕਿ ਹਾਂ ਤੁਸੀਂ ਟਾਈਮ ਜਿਹੜਾ ਹੈਗਾ ਉਹਨੂੰ ਮੈਨੇਜ ਉਸ ਤਰੀਕੇ ਨਾਲ ਕਰਕੇ ਚੱਲੋ ਤਾਂ ਕਿ ਤੁਹਾਡੇ ਰਿਸ਼ਤੇ ਦੇ ਉੱਤੇ ਵੀ ਅਤੇ ਤੁਹਾਡੇ ਕੰਮ ਦੇ ਉੱਤੇ ਕਿਸੇ ਚੀਜ਼ ਦਾ ਇਫੈਕਟ ਨਾ ਪਵੇ। ਬਿਲਕੁਲ ਸਤੀ ਜੀ, ਜਿਵੇਂ ਹੁਣ ਤੁਸੀਂ ਆਪਾਂ ਐਕਸਪੈਕਟੇਸ਼ਨ ਦੀ ਗੱਲ ਕਰ ਰਹੇ ਸੀਗੇ, ਹੁਣ ਜਿਵੇਂ ਆਪਣੇ ਗੱਲਾਂ 'ਚੋਂ ਗੱਲ ਨਿਕਲਦੀਆਂ ਰਹਿੰਦੀਆਂ, ਆਪਣਾ ਸ਼ੋਅ ਦਾ ਟਾਈਟਲ ਹੀ ਇਹ ਹੈ, ਤਾਂ ਆਪਾਂ ਹੈ ਨਾ ਐਕਸਪੈਕਟੇਸ਼ਨ ਦੀ ਤੁਸੀਂ ਗੱਲ ਕੀਤੀ, ਤਾਂ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗੀ। ਇਹਦੇ ਕਰਕੇ ਵੀ ਲੜਾਈਆਂ ਹੁੰਦੀਆਂ ਜਿਹਦੇ ਕਰਕੇ ਰਿਸ਼ਤਾ ਓਬਵੀਅਸਲੀ ਤੁਹਾਡਾ ਵੀਕ ਹੁੰਦਾ, ਔਰ ਉਹ ਕਿਉਂ ਹੁੰਦਾ? ਕੋਈ ਇਹ ਨਹੀਂ ਸੋਚਦਾ, ਹਰ ਕੋਈ ਇਹ ਕਹਿੰਦਾ ਸਾਡੀ ਐਕਸਪੈਕਟੇਸ਼ਨ ਨਹੀਂ ਪੂਰੀ ਹੋਈ ਜੀ, ਮੇਰੀ ਐਕਸਪੈਕਟੇਸ਼ਨ ਇਹ ਸੀਗੀਆਂ, ਇਹਨੇ ਇੱਦਾਂ ਨਹੀਂ ਕੀਤਾ ਪਹਿਲਾਂ ਇੱਦਾਂ, ਪਰ ਕੋਈ ਇਹ ਨਹੀਂ ਸੋਚਦਾ ਕਿ ਅਗਰ ਸਾਡੀ ਉਸ ਬੰਦੇ ਤੋਂ ਇਹ ਐਕਸਪੈਕਟੇਸ਼ਨ ਸੀ ਜੋ ਉਹਨੇ ਪੂਰੀ ਨਹੀਂ ਕੀਤੀ, ਕਿਆ ਅਸੀਂ ਉਸ ਬੰਦੇ ਦੀ ਐਕਸਪੈਕਟੇਸ਼ਨ ਨੂੰ ਪੂਰੀ ਕੀਤੀ? ਉਹਦੀਆਂ ਵੀ ਤਾਂ ਕੁਝ ਐਕਸਪੈਕਟੇਸ਼ਨਸ ਹੈ ਨਾ। ਹੁਣ ਸਪੋਜ਼ ਇੱਕ ਕੁੜੀ ਵਿਆਹ ਕਰਕੇ ਆਈ ਹੈ, ਕੁੜੀ ਐਕਸਪੈਕਟ ਕਰਦੀ ਹੈ ਕਿ ਯਾਰ ਉਹ ਮੁੰਡਾ ਮੈਨੂੰ ਟਾਈਮ ਦੇ, ਮੈਨੂੰ ਘੁਮਾਏ ਫਿਰਾਏ, ਮੈਨੂੰ ਐਸ਼ ਕਰਾਏ, ਔਰ ਉਹ ਮੁੰਡਾ ਕੀ ਐਕਸਪੈਕਟ ਕਰ ਰਿਹਾ? ਉਹ ਉਸ ਕੁੜੀ ਨੇ ਸੋਚਿਆ, ਮੁੰਡਾ ਐਕਸਪੈਕਟ ਕਰਦਾ ਕਿ ਯਾਰ ਉਹ ਕੁੜੀ ਆਈ ਹੈ, ਮੇਰੇ ਘਰ ਨੂੰ ਸਾਂਭੇ, ਮੇਰੇ ਪੇਰੈਂਟਸ ਨੂੰ ਰਿਸਪੈਕਟ ਕਰੇ, ਮੇਰੇ ਭੈਣ ਭਰਾ ਦੀ ਇੱਜ਼ਤ ਕਰੇ, ਹੈ ਨਾ, ਮੈਨੂੰ ਸਮਝੇ। ਸੋ ਬੇਸਿਕਲੀ ਕਿਆ ਹੁੰਦਾ ਹੈ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਬੰਦਾ ਤੁਹਾਨੂੰ ਤਵੱਜੋ ਦੇ, ਤੁਹਾਨੂੰ ਇੰਪੋਰਟੈਂਸ ਦੇ, ਤੁਹਾਡੀ ਐਕਸਪੈਕਟੇਸ਼ਨਸ ਨੂੰ ਪੂਰਾ ਕਰੇ, ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਉਹਦੀ ਐਕਸਪੈਕਟੇਸ਼ਨਸ ਨੂੰ ਪੂਰਾ ਕਰੋ। ਬਿਲਕੁਲ, ਹਾਂ ਇਹ ਚੀਜ਼ ਹੁੰਦੀ ਹੈ। ਹਾਲਾਂਕਿ ਨਾਲੇ ਵੈਸੇ ਗੱਲ ਮੈਂ ਇੱਕ ਇਹ ਵੀ ਗੱਲ ਕਹੂੰਗਾ ਇਹਦੇ ਵਿੱਚ ਕਿ ਇਹਦੇ ਵਿੱਚ ਇਕੱਲੇ ਮੁੰਡੇ ਦਾ ਵੀ ਦੋਸ਼ ਨਾ ਕਹਿ ਦਈਏ ਤੇ ਕੁੜੀ ਦਾ ਵੀ ਇਕੱਲੀ ਦਾ ਦੋਸ਼ ਨਹੀਂ ਹੈਗਾ। ਇਹ ਤਾਂ ਵਾਇਸਾ ਵਰਸਾ ਚੱਲਦਾ। ਹਾਂ, ਇਹ ਮਤਲਬ ਕਿ ਇੱਕ ਦੁਨੀਆ ਦੇ ਵਿੱਚ ਇੱਕ ਰੀਤ ਵੀ ਕਹਿ ਲਓ, ਹੈ ਨਾ, ਕਿ ਚੱਲਦੀ ਹੈ। ਇਹ ਸਰਕਲ ਜਿਹੜਾ ਇੱਦਾਂ ਹੀ ਚੱਲਦਾ ਰਹਿਣਾ ਬੇਸਿਕਲੀ, ਹੈ ਨਾ। ਬਸ ਡਿਪੈਂਡ ਕਰਦਾ ਹੁੰਦਾ ਹੈ ਕਿ ਹਰ ਇੱਕ ਬੰਦੇ ਦੀ ਲਾਈਫ ਦੇ ਵਿੱਚ ਪ੍ਰਾਇਓਰਿਟੀ ਕੀ ਹੈ ਜੀ। ਪ੍ਰਾਇਓਰਿਟੀਜ਼ ਵੀ ਬਹੁਤ ਜ਼ਿਆਦਾ ਮੈਟਰ ਕਰਦੀਆਂ, ਅਤੇ ਜਿਵੇਂ ਟਾਈਮ ਮੈਨੇਜਮੈਂਟ ਕਿਹਾ, ਟਾਈਮ ਮੈਨੇਜਮੈਂਟ ਵੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਇਸ ਚੀਜ਼ ਦੇ ਵਿੱਚ। ਸੋ ਬੰਦੇ ਨੂੰ ਸਮਝਣਾ ਚਾਹੀਦਾ, ਕਿਉਂਕਿ ਐਟ ਲਾਸਟ ਜੇ ਮੁੰਡਾ ਕਮਾ ਰਿਹਾ ਕਿਤੇ ਬਾਹਰ ਜਾ ਰਿਹਾ ਤਾਂ ਉਹਦੇ ਉੱਪਰ ਵੀ ਬਹੁਤ ਸਾਰੀਆਂ ਰਿਸਪੋਂਸੀਬਿਲਿਟੀਜ਼ ਬਣ ਜਾਂਦੀਆਂ। ਹਾਲਾਂਕਿ ਵਿਆਹ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਡਬਲ ਤੋਂ ਟ੍ਰਿਪਲ ਹੋ ਜਾਂਦੀਆਂ, ਕਿਉਂਕਿ ਉਹਦੇ ਨਾਲ ਇੱਕ ਨਹੀਂ ਕਈ ਜੀ ਨਾਲ ਜੁੜ ਜਾਂਦੇ ਨੇ, ਹੈ ਨਾ ਜੀ। ਬਿਲਕੁਲ ਸਹੀ ਕਿਹਾ ਸਤੀ ਜੀ ਤੁਸੀਂ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਔਰ ਮੈਂ ਇਨਫੈਕਟ ਮੈਂ ਇਹੀ ਚੀਜ਼ ਕਹੂੰਗੀ ਕਿ ਦੋਨਾਂ ਨੂੰ ਐਡਜਸਟਮੈਂਟ ਦੇ ਨਾਲ ਚੱਲਣਾ ਚਾਹੀਦਾ, ਰਾਧਾ ਦੈਨ ਇੱਕ ਦੂਸਰੇ ਨੂੰ ਕ੍ਰਿਟੀਸਾਈਜ਼ ਕਰਨ, ਇੱਕ ਦੂਸਰੇ ਨੂੰ ਕੰਪਲੀਮੈਂਟ ਕਰਨਾ ਚਾਹੀਦਾ, ਇੱਕ ਦੂਸਰੇ ਦੀ ਫੈਮਿਲੀ ਨੂੰ ਐਡਜਸਟ ਕਰਨਾ ਚਾਹੀਦਾ। ਅਗਰ ਕੁੜੀ ਮੁੰਡੇ ਦੀ ਫੈਮਿਲੀ ਨੂੰ ਐਡਜਸਟ ਕਰ ਰਹੀ ਹੈ, ਉਹਨਾਂ ਨੂੰ ਕੰਪਲੀਮੈਂਟ ਕਰ ਰਹੀ ਹੈ, ਸਮਝ ਰਹੀ ਹੈ, ਵਾਇਸਾ ਵਰਸਾ ਮੁੰਡੇ ਦਾ ਵੀ ਫਰਜ਼ ਬਣਦਾ ਕਿ ਉਹ ਕੁੜੀ ਦੀ ਫੈਮਿਲੀ ਨੂੰ ਉਸੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੇ, ਉਹਨਾਂ ਨੂੰ ਰਿਸਪੈਕਟ ਕਰੇ, ਤਾਂ ਮੇਰੇ ਖਿਆਲ 'ਚ ਫਿਰ ਇਹ ਦਿੱਕਤਾਂ ਹੀ ਨਹੀਂ ਆਉਣਗੀਆਂ, ਪ੍ਰੋਬਲਮਸ ਹੀ ਨਹੀਂ ਆਉਣਗੀਆਂ ਸਾਰਿਆਂ ਨੂੰ। ਮਤਲਬ ਕਿ ਐਟ ਦ ਐਂਡ ਮੈਂ ਇਹੀ ਚਾਹੁੰਦਾ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਹੈਗਾ ਉਹ ਟਾਈਮ ਵੀ ਹੁੰਦਾ ਜਾ ਰਿਹਾ, ਹੈ ਨਾ, ਤਾਂ ਆਪਾਂ ਐਂਡ ਦੇ ਉੱਤੇ ਆਈਏ, ਕਿਉਂਕਿ ਹਰ ਇੱਕ ਬੰਦੇ ਨੂੰ ਹਰ ਇੱਕ ਰਿਲੇਸ਼ਨ ਦੇ ਵਿੱਚ ਐਡਜਸਟਮੈਂਟ ਕਰਕੇ ਚੱਲਣਾ ਚਾਹੀਦਾ। ਇਹ ਨਹੀਂ ਹੈਗਾ ਕਿ ਮੁੰਡਾ ਹੀ ਐਡਜਸਟ ਕਰੇ ਜਾਂ ਕੁੜੀ ਹੀ ਐਡਜਸਟ ਕਰੇ। ਬੇਸਿਕਲੀ ਜਦੋਂ ਦੋ ਜਣਿਆਂ ਦਾ ਵਿਆਹ ਹੁੰਦਾ ਮੁੰਡਾ ਕੁੜੀ ਦਾ, ਤਾਂ ਦੋਵਾਂ ਜਿਹੜੀਆਂ ਫੈਮਿਲੀਜ਼ ਹੁੰਦੀਆਂ ਉਹਨਾਂ ਦਾ ਮਤਲਬ ਕਿ ਵੀ ਰਿਸ਼ਤਾ ਇੱਕ ਜੁੜਦਾ, ਤਾਂ ਦੋਵਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਨੂੰ ਸਮਝਣਾ ਚਾਹੀਦਾ। ਕੁਛ ਮੁੰਡੇ ਨੂੰ ਢਲਾਵ ਲੈ ਕੇ ਆਉਣਾ ਚਾਹੀਦਾ, ਕੁਛ ਕੁੜੀ ਨੂੰ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਉਣੇ ਚਾਹੀਦੇ ਨੇ। ਸੋ ਇਸ ਤਰੀਕੇ ਨਾਲ ਹੀ ਜਿਹੜੇ ਰਿਸ਼ਤੇ ਚੱਲ ਸਕਦੇ ਨੇ। ਅਤੇ ਇੱਕ ਹੋਰ ਗੱਲ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਕਰ ਰਹੇ ਸੀ, ਮੇਰਾ ਦੋਸਤ ਜਿਹੜਾ ਟੀਟਾ ਜਿਹਦੀ ਆਪਾਂ ਗੱਲ ਕਰ ਰਹੇ ਸੀ, ਹੈ ਨਾ, ਜਸਵਿੰਦਰ ਸਿੰਘ ਦੀ, ਉਹ ਮਤਲਬ ਕਿ ਹੁਣ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕਰਕੇ ਹੀ ਉਹ ਮਤਲਬ ਕਿ ਇੱਕ ਫੈਮਿਲੀ ਦੇ ਡਿਸਪਿਊਟ ਕਰਕੇ ਆ, ਇੱਕ ਪਰਸਨਲ ਇਸ਼ੂ ਕਰਕੇ, ਜੋ ਕਿ ਸ਼ਾਇਦ ਜੇ ਉਹ ਹਸਬੈਂਡ ਵਾਈਫ ਦੋਵੇਂ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ, ਸ਼ਾਇਦ ਉਸ ਨੂੰ ਸੁਲਝਾਇਆ ਜਾ ਸਕਦਾ ਸੀ, ਤੇ ਅੱਜ ਇਹ ਨੌਬਤ ਹੀ ਨਾ ਆਉਂਦੀ ਕਿ ਉਹ ਮੁੰਡਾ ਸੁਸਾਈਡ ਕਰ ਲੈਂਦਾ, ਹੈ ਨਾ ਜੀ। ਰੈਦਰ ਦੈਨ ਜਦੋਂ ਦੂਸਰਾ ਬੰਦਾ ਕਹਿੰਦੇ ਆ ਕਿ ਘਰ ਦੇ ਵਿੱਚ ਆ ਜਾਂਦਾ, ਹੈ ਨਾ, ਜਦੋਂ ਕਿਸੇ ਦੀ ਲੜਾਈ ਦੇ ਵਿੱਚ ਕੋਈ ਦੂਸਰਾ ਬੰਦਾ ਆ ਕੇ ਐਂਟਰੀ ਮਾਰ ਲੈਂਦਾ, ਕਿਉਂਕਿ ਉਹਨੂੰ ਗੱਲ ਪੂਰੀ ਪਤਾ ਨਹੀਂ ਹੁੰਦੀ ਅਤੇ ਉਹ ਆ ਕੇ ਵਿੱਚ ਆਪਣੇ ਹੀ ਤਰੀਕੇ ਦੇ ਨਾਲ ਗੱਲਾਂ, ਹੈ ਨਾ, ਸਮਝਾਉਣ ਲੱਗਦਾ। ਸੋ ਉਹਦੇ ਨਾਲ ਮੇਰਾ ਖਿਆਲ ਜ਼ਿਆਦਾ ਜਿਹੜੀਆਂ ਹੈਗੀਆਂ ਇਹ ਮਿਸ ਅੰਡਰਸਟੈਂਡਿੰਗਸ ਕ੍ਰੀਏਟ ਹੁੰਦੀਆਂ, ਤਾਂ ਉਹਨਾਂ ਨਾਲ
ਕੋਈ ਮੁੱਦਾ ਨਹੀਂ ਹੈਗਾ ਜਿਹਦਾ ਸੋਲੂਸ਼ਨ ਨਾ ਨਿਕਲ ਸਕੇ। ਹਰ ਇੱਕ ਲੜਾਈ ਬਹੁਤ ਛੇਤੀ ਪਿਆਰ ਨਾਲ ਸੁਲਝਾਈ ਜਾ ਸਕਦੀ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ ਸੱਤੇ। ਇਨਫੈਕਟ ਮੈਂ ਖੁਦ ਵੀ ਆਪਣੀ ਆਡੀਅੰਸ ਨੂੰ ਜਿਹੜੇ ਸਾਡੇ ਦੇਖ ਰਹੇ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗੀ ਕਿ ਪਲੀਜ਼ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਹਨੂੰ ਆਪਣੇ ਘਰ ਬੈਠ ਕੇ ਤੁਹਾਡੇ ਤੁਹਾਡੇ ਪੇਰੈਂਟਸ ਨਾਲ ਜਾਂ ਕਲੀਗਸ ਦੇ ਨਾਲ, ਫਰੈਂਡਸ ਨਾਲ, ਵਾਈਫ ਨਾਲ, ਜਿਹਦੇ ਨਾਲ ਵੀ ਲੜਾਈ ਆ ਉਹਦੇ ਨਾਲ ਬੈਠ ਕੇ ਉਸ ਚੀਜ਼ ਨੂੰ ਰਿਜੋਲਵ ਕਰੋ। ਹਰ ਚੀਜ਼ ਦਾ ਸੋਲਿਊਸ਼ਨ ਹੁੰਦਾ ਜਿੱਦਾਂ ਕਿ ਤੁਸੀਂ ਕਿਹਾ ਵੀ ਹੈ, ਕਿਉਂਕਿ ਅਗਰ ਤੁਸੀਂ ਇੱਦਾਂ ਦਾ ਸਟੈਪ ਚੱਕ ਲੈਂਦੇ ਹੋ ਗੱਲ ਸਿਰਫ ਕੁਝ ਸੈਕਿੰਡ ਦੇ ਗੁੱਸੇ ਦੀ ਹੁੰਦੀ ਹੈ, ਉਹ ਤੁਸੀਂ ਸਮਾਂ ਬਚਾ ਲਿਆ ਤਾਂ ਤੁਹਾਡੀ ਲਾਈਫ ਉਸ ਤੋਂ ਬਾਅਦ ਓਨੀ ਔਖੀ ਨਹੀਂ ਰਹਿੰਦੀ ਜਿੰਨਾ ਉਸ ਸਪੈਸੀਫਿਕ ਟਾਈਮ 'ਤੇ ਹੁੰਦੀ ਹੈ। ਕੋਈ ਨਾ ਕੋਈ ਸੋਲਿਊਸ਼ਨ ਨਿਕਲ ਜਾਂਦਾ, ਉਹ ਬੰਦਾ ਲਾਈਟ ਫੀਲ ਕਰਦਾ ਉਸ ਤੋਂ ਬਾਅਦ। ਬਟ ਅਗਰ ਤੁਸੀਂ ਸਟੈਪ ਚੱਕ ਲਿਆ, ਪਿੱਛੋਂ ਤੁਹਾਡੀ ਫੈਮਿਲੀ ਤੁਹਾਡੇ ਨਾਲ ਕਿੰਨੇ ਰਿਸ਼ਤੇ ਜੁੜੇ ਹੋਏ ਨੇ, ਉਹ ਸਾਰੇ ਸਫ਼ਰ ਕਰਦੇ ਆ। ਮੋਰ ਓਵਰ ਅਗਰ ਕੋਈ ਕੁੜੀ ਇੱਦਾਂ ਦਾ ਕੰਮ ਕਰ ਲਏ ਫਿਰ ਤਾਂ ਪ੍ਰੋਬਲਮਸ ਹੋਰ ਦੁੱਗਣੀਆਂ ਤਿਗਣੀਆਂ ਫੈਮਿਲੀ ਨੂੰ ਫੇਸ ਕਰਨੀਆਂ ਪੈ ਜਾਣਗੀਆਂ। ਸਵਾਲ ਹੀ ਇੰਨੇ ਉੱਠ ਜਾਂਦੇ ਆ ਕਿ ਬਈ ਕੀ ਹੋਇਆ ਹੋਣਾ, ਕਿਉਂ ਕੀਤਾ ਹੋਣਾ। ਸੋ ਇੱਕ ਵਾਰ ਤੁਸੀਂ ਆਹ ਸਟੈਪ ਚੱਕਣ ਤੋਂ ਪਹਿਲਾਂ ਨਾ ਆਪਣੀ ਫੈਮਿਲੀ ਦਾ ਵੀ ਸੋਚੋ ਕਿ ਉਹਨਾਂ 'ਤੇ ਕੀ ਅਸਰ ਹੋਊਗਾ। ਅਤੇ ਨਾਲੇ ਦੂਸਰੀ ਚੀਜ਼ ਹੁਣ ਮੇਰੇ ਖਿਆਲ 'ਚ ਆਪਾਂ ਵਿਦਾ ਲਈਏ। ਜੀ ਬਿਲਕੁਲ। ਅਤੇ ਮੈਂ ਉਮੀਦ ਕਰਦਾ ਕਿ ਜਿਹੜਾ ਅੱਜ ਦਾ ਸਾਡਾ ਇਹ ਗੱਲਾਂ 'ਚੋਂ ਗੱਲ ਦਾ ਐਪੀਸੋਡ ਅਤੇ ਇਸਦੇ ਵਿੱਚ ਜਿਹੜਾ ਅਸੀਂ ਅੱਜ ਸਬਜੈਕਟ ਵਿਸ਼ਾ ਚੂਜ਼ ਕੀਤਾ ਹੋਇਆ ਸੀ ਰਿਲੇਸ਼ਨਸ਼ਿਪ, ਉਹ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਅਤੇ ਮੈਂ ਜਿੰਨੀ ਵੀ ਆਡੀਅੰਸ ਦੇਖਦੀ ਹਾਂ ਉਹਨਾਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਸਾਨੂੰ ਆਪਣੇ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਕਿ ਜਿਹੜੀਆਂ ਗੱਲਾਂ ਬਾਤਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਹੋਈਆਂ ਉਹ ਸਾਰਿਆਂ ਨੂੰ ਕਿਵੇਂ ਦੀਆਂ ਲੱਗੀਆਂ, ਅਤੇ ਕੋਈ ਹੋਰ ਜਿਹੜਾ ਵਿਸ਼ਾ ਤੁਸੀਂ ਚਾਹੁੰਦੇ ਹੋਵੋ ਕਿ ਅਸੀਂ ਇਸ ਗੱਲਾਂ 'ਚੋਂ ਗੱਲ ਦੇ ਵਿੱਚ ਡਿਸਕਸ ਕਰੀਏ ਅਗਲੇ ਐਪੀਸੋਡ ਦੇ ਵਿੱਚ, ਉਹਦੇ ਬਾਰੇ ਜ਼ਰੂਰ ਦੱਸਿਓ ਕਿ ਕਿਹੜਾ ਆਪਾਂ ਅੱਗੇ ਵਿਸ਼ਾ ਲੈ ਕੇ ਆ ਸਕਦੇ ਹਾਂ। ਸੋ ਕਮੈਂਟਾਂ ਦੇ ਵਿੱਚ ਇਹ ਵੀ ਦੱਸਣਾ ਨਾ ਭੁੱਲਣਾ, ਅਤੇ ਜਿਨ੍ਹਾਂ ਨੇ ਚੈਨਲ ਸੱਤ ਰੰਗ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ, ਅਤੇ ਕਰਾਂਗੇ ਕਿਸੇ ਹੋਰ ਵਿਸ਼ੇ 'ਤੇ ਗੱਲ। ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਜੀ।